ਘੋੜਿਆਂ ਦੇ ਪਿੱਛੇ ਬੰਨ ਲਿਆ ਵਜ਼ੀਰ ਖਾਂ ਅਤੇ ਛੱਪੜ ਝਿੜੀ ਤੋਂ 20 ਕਿਲੋਮੀਟਰ ਸੀ ਸਰਹੰਦ। 20 ਕਿਲੋਮੀਟਰ ਕਿਹੜੀ ਸਕੇ ਉਹਨੂੰ ਸਰਹੰਦ ਲੈ ਗਏ। ਹੰਕਾਰ ਵਿੱਚ ਆਏ ਜਿੱਥੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਵਾਇਆ ਸੀ। ਵਜ਼ੀਰ ਖਾਂ ਨੇ ਕਿਹਾ ਸੀ ਕਿ ਦਿੱਲੀ ਦੇ ਤਖ਼ਤਾਂ 'ਤੇ ਰਾਜੇ ਬਦਲਦੇ ਰਹਿੰਦੇ ਆ ਅਤੇ ਸਰਹੰਦ ਦਾ ਮੈਂ ਹੀ ਹਾਂ। ਇੱਥੇ ਵਜ਼ੀਰ ਖਾਂ ਸੀ, ਵਜ਼ੀਰ ਖਾਂ ਹੈ ਅਤੇ ਵਜ਼ੀਰ ਖਾਂ ਹੀ ਰਹੇਗਾ। ਵਜ਼ੀਰ ਖਾਂ ਨੂੰ ਲਹੂ ਲੁਹਾਣ ਗੁਰੂ ਦੇ ਸਿੱਖ ਸਰਹੰਦ ਦੀਆਂ ਗਲੀਆਂ ਵਿੱਚੋਂ ਘੁੜੀਸ ਰਹੇ ਨੇ ਘੋੜਿਆਂ ਦੇ ਪਿੱਛੇ ਬੰਨ ਕੇ। ਉਸ ਤੋਂ ਬਾਅਦ ਉਹਨੂੰ ਸਰਹੰਦ ਦੇ ਸਾਰੇ ਲੋਕਾਂ ਸਾਹਮਣੇ ਇੱਕ ਜੰਡ ਦੇ ਦਰੱਖਤ 'ਤੇ ਰੱਸਾ ਪਾ ਕੇ ਉਹਨੂੰ ਪੁੱਠਾ ਟੰਗਿਆ ਗਿਆ ਅਤੇ ਥੱਲੇ ਪਰਾਲੀ ਰੱਖ ਕੇ ਥੋੜ੍ਹੀ ਜਿਹੀ ਅੱਗ ਲਗਾਈ। ਉਹਦਾ ਸਰੀਰ ਇੱਕਦਮ ਨਹੀਂ ਮੱਚਿਆ, ਉਹਦਾ ਅੱਧ ਮੱਚਿਆ ਜਾਂ ਸਰੀਰ ਹੋ ਗਿਆ। ਫਿਰ ਉਹਦੇ ਬਾਅਦ ਉਹਨੂੰ ਗਿਰਜਾਂ, ਬਾਜ, ਇੱਲਾਂ ਆ ਕੇ ਉਹਦੇ ਸਰੀਰ ਨੂੰ ਨੋਚ ਨੋਚ ਕੇ ਖਾਧਾ। ਕਹਿੰਦੇ ਜਿਹੜਾ ਵਜ਼ੀਰ ਖਾਨ ਸੀ ਉਹਨੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਥੱਲੇ ਆ ਕੇ ਲੜਦਿਆਂ ਦੇਖਿਆ ਤੇ ਉਹ ਹਰਾਮੀ ਸੀ, ਉਹਨੂੰ ਸੀ ਕਿ ਮੈਂ ਪਿੱਠ ਪਿੱਛੋਂ ਮਾਰਾਂਗਾ ਤੇ ਭਾਈ ਬਾਜ ਸਿੰਘ ਵਿਚਾਲੇ ਆ ਗਏ। ਵਜ਼ੀਰ ਖਾਨ ਨੇ ਭਾਈ ਬਾਜ ਸਿੰਘ ਵੱਲ ਨੇਜਾ ਮਾਰਿਆ। ਜਦੋਂ ਨੇਜਾ ਮਾਰਿਆ ਤਾਂ ਭਾਈ ਬਾਜ ਸਿੰਘ ਜੀ ਨੇ ਨੇਜਾ ਬੁੱਝ ਲਿਆ ਤੇ ਨੇਜਾ ਜਾ ਕੇ ਉਹਦੇ ਘੋੜੇ ਤੇ ਵੱਜਾ ਤੇ ਵਜ਼ੀਰ ਖਾਨ ਥੱਲੇ ਡਿੱਗ ਗਿਆ। ਵਜ਼ੀਰ ਖਾਨ ਨੇ ਥੱਲੇ ਡਿੱਗਦੇ ਡਿੱਗਦੇ ਨੇ ਤੀਰ ਮਾਰਿਆ ਤੇ ਤੀਰ ਬਾਜ ਸਿੰਘ ਦੇ ਬਾਂਹ 'ਚ ਵੱਜਿਆ। ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਤੋਂ ਥਾਪਣਾ ਲੈ ਕੇ ਪੰਜਾਬ ਪਹੁੰਚੇ ਤੇ ਉਹਨਾਂ ਨੇ ਉੱਥੇ ਬਹੁਤ ਸਾਰੇ ਇਲਾਕੇ ਮੁਸਲਮਾਨਾਂ ਤੋਂ ਆਜ਼ਾਦ ਕਰਾਏ। ਤਾਂ ਇੰਨੀ ਵੱਡੀ ਫੌਜ ਦਾ ਮਾਲਕ ਵਜ਼ੀਰ ਖਾਂ ਘਬਰਾ ਗਿਆ, ਬਾਬਾ ਬੰਦਾ ਸਿੰਘ ਬਹਾਦਰ ਤੋਂ ਡਰਿਆ ਬੈਠਾ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੀ ਜੋ ਟੁਕੜੀ ਸੀ ਉਹ ਛੱਤ ਬਨੂੜ ਰਹਿੰਦੀ ਸੀ। ਛੱਤ ਬਨੂੜ ਤੋਂ ਸਰਹੰਦ ਤਕਰੀਬਨ 30 ਕਿਲੋਮੀਟਰ ਦੂਰ ਹੈ। ਸੋ ਹੁਣ ਬਾਬਾ ਬੰਦਾ ਸਿੰਘ ਬਹਾਦਰ ਦੀ ਅੱਖ ਸਰਹੰਦ 'ਤੇ ਟਿਕੀ ਸੀ, ਪਰ ਜਿਹੜਾ ਹੁਣ ਵਜ਼ੀਰ ਖਾਂ ਸੀ ਉਹਨੇ ਕੀ ਚਾਲ ਚੱਲੀ ਕਿ ਬਾਬਾ ਬੰਦਾ ਸਿੰਘ ਬਹਾਦਰ ਮੇਰੇ 'ਤੇ ਹਮਲਾ ਕਰੇ, ਉਹਦੇ ਤੋਂ ਪਹਿਲਾਂ ਮੈਂ ਹਮਲਾ ਨਹੀਂ ਕਰਨਾ। ਅਤੇ ਫੌਜ ਦੀ ਭਰਤੀ ਖੋਲ੍ਹਤੀ, ਆਸ ਪਾਸ ਦੇ ਜਿਹੜੇ ਮੁਗਲ ਸੀ, ਜਿਹੜੇ ਪਠਾਣ ਸੀ, ਉਹਨਾਂ ਕੋਲ ਜਾ ਕੇ ਇਸਲਾਮ ਧਰਮ ਦੇ ਨਾਂ 'ਤੇ ਉਹਨਾਂ ਦੇ ਤਰਲੇ ਮਿੰਨਤਾਂ ਕਰਨ ਲੱਗ ਪਿਆ ਕਿ ਤੁਸੀਂ ਮੇਰਾ ਸਾਥ ਦੇਵੋ, ਅਤੇ ਦਿੱਲੀ ਤੋਂ ਹਥਿਆਰ ਮੰਗਾਉਣੇ ਸ਼ੁਰੂ ਕਰਤੇ। ਕਹਿੰਦੇ 1 ਲੱਖ ਦੀ ਫੌਜ ਤਿਆਰ ਕਰ ਲਈ ਸੀ ਅਤੇ ਉੱਧਰ ਬਾਬਾ ਬੰਦਾ ਸਿੰਘ ਬਹਾਦਰ ਜੀ ਕੋਲ ਸਿਰਫ 30-40 ਹਜ਼ਾਰ ਦੀ ਫੌਜ ਸੀ। ਹੁਣ ਬਾਬਾ ਬੰਦਾ ਸਿੰਘ ਬਹਾਦਰ ਛੱਤ ਬਨੂੜ ਤੋਂ ਚੱਲਦੇ ਨੇ ਸਰਹੰਦ 'ਤੇ ਹਮਲਾ ਕਰਨ ਲਈ, ਅਤੇ ਜਦੋਂ ਹੁਣ ਚੱਪੜ ਚੜੀ ਪਹੁੰਚਦੇ ਨੇ ਤਾਂ ਉਹਨਾਂ ਨੂੰ ਖਬਰ ਮਿਲਦੀ ਹੈ ਕਿ ਵਜ਼ੀਰ ਖਾਂ ਦੀਆਂ ਫੌਜਾਂ ਸਰਹੰਦ ਤੋਂ ਚੱਲ ਪਈਆਂ ਨੇ। ਤਾਂ ਉਹ ਉਸੇ ਜਗ੍ਹਾ 'ਤੇ ਰੁਕ ਗਏ ਜਿੱਥੇ ਇਹ ਜੰਗ ਹੋਈ, ਉਹਨੂੰ ਚੱਪੜ ਚੜੀ ਕਹਿੰਦੇ ਨੇ, ਪਰ ਉਹਦਾ ਅਸਲ ਨਾਮ ਛੱਪੜ ਝਿੜੀ ਸੀ, ਮਤਲਬ ਛੱਪੜਾਂ ਦੀ ਝਿੜੀ। ਸੋ 12 ਮਈ 1710 ਨੂੰ ਸਵੇਰੇ ਉੱਥੇ ਜੰਗ ਹੋਈ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ 5 ਸਾਲ ਬਾਅਦ। ਕਹਿੰਦੇ ਨੇ ਕਿ ਵਜ਼ੀਰ ਖਾਂ ਦੀ ਜੋ ਫੌਜ ਸੀ ਉਹਨਾਂ ਕੋਲ ਵੱਡੇ ਵੱਡੇ ਹਾਥੀ ਸੀ, ਵੱਡੀਆਂ ਵੱਡੀਆਂ ਤੋਪਾਂ ਅਤੇ ਹਜ਼ਾਰਾਂ ਦੀ ਗਿਣਤੀ 'ਚ ਘੋੜ ਸਵਾਰ, ਅਤੇ ਇੱਧਰ ਜੋ ਸਿੱਖਾਂ ਦੀ ਫੌਜ ਸੀ ਇਹਨਾਂ ਕੋਲ ਨੋਰਮਲ ਹਥਿਆਰ, ਤਲਵਾਰਾਂ, ਨੇਜੇ, ਤੀਰ ਕਮਾਨ ਅਤੇ ਕੁਝ ਗਿਣੀਆਂ ਮਿਣੀਆਂ ਬੰਦੂਕਾਂ ਸੀ ਅਤੇ 6 ਤੋਪਾਂ ਸੀ। ਪਰ ਇਹਨਾਂ ਕੋਲ ਜੋ ਚੀਜ਼ ਸੀ ਉਹ ਮੁਗਲਾਂ ਕੋਲ ਨਹੀਂ ਸੀ, ਜਜ਼ਬਾ, ਜਨੂਨ, ਗੁਰੂ ਸਾਹਿਬ ਦਾ ਓਟ ਆਸਰਾ। ਉੱਚੀ ਉੱਚੀ ਯਾ ਅਲੀ ਦੇ ਨਾਰੇ ਲੱਗ ਰਹੇ ਸੀ ਅਤੇ ਇੱਧਰੋਂ ਸਿੱਖ ਫੌਜਾਂ ਦੇ ਅਕਾਲ ਅਕਾਲ ਦੇ ਨਾਰੇ ਲੱਗ ਰਹੇ ਸੀ। ਬਾਬਾ ਬੰਦਾ ਸਿੰਘ ਬਹਾਦਰ ਉਦੋਂ ਇੱਕ ਟਿੱਲੇ 'ਤੇ ਬਹਿ ਗਏ, ਟਿੱਲਾ ਮਤਲਬ ਇੱਕ ਟਿੱਬੇ ਦੀ ਤਰ੍ਹਾਂ ਕੋਈ ਉੱਚੀ ਜਗ੍ਹਾ 'ਤੇ। ਉੱਥੇ ਬਹਿ ਕੇ ਇੱਕ ਨੀਤੀ ਘੜ ਰਹੇ ਸੀ, ਫੌਜਾਂ ਲੜ ਰਹੀਆਂ ਸੀ। ਵਜ਼ੀਰ ਖਾਂ ਦੀ ਜਿਹੜੀ ਫੌਜ ਸੀ ਉਹਦੇ 'ਚ ਸਭ ਤੋਂ ਅੱਗੇ ਹਾਥੀ ਸਨ, ਵੱਡੇ ਵੱਡੇ ਹਾਥੀ, ਉਹਦੇ ਤੋਂ ਪਿੱਛੇ ਤੋਪਾਂ ਸਨ, ਤੋਪਾਂ ਤੋਂ ਪਿੱਛੇ ਘੋੜ ਸਵਾਰ ਸੀ, ਅਤੇ ਉਹਨਾਂ ਪਿੱਛੇ ਜਿਹੜੇ ਪੈਦਲ ਆ ਰਹੇ ਸੀ ਉਹ ਸਨ। ਸੋ ਹੁਣ ਬਾਬਾ ਬੰਦਾ ਸਿੰਘ ਬਹਾਦਰ ਦਾ ਪਲੈਨ ਦੇਖੋ, ਉਹਨਾਂ ਨੇ ਕੀ ਕੀਤਾ ਕਿ ਜਿਹੜੀਆਂ ਉਹਨਾਂ ਕੋਲ ਤੋਪਾਂ ਸਨ ਉਹ ਤੋਪਾਂ ਨਾਲ ਜਿਹੜੇ ਵਜ਼ੀਰ ਖਾਂ ਦੇ ਸਭ ਤੋਂ ਅੱਗੇ ਹਾਥੀ ਸਨ ਉਹਨਾਂ 'ਤੇ ਹਮਲਾ ਕਰਤਾ,
ਤੇ ਕਈ ਹਾਥੀ ਜ਼ਖਮੀ ਹੋ ਗਏ ਤੇ ਪਿੱਛੇ ਨੂੰ ਭੱਜਣ ਲੱਗ ਗਏ ਤੇ ਮੁਗਲਾਂ ਦੀਆਂ ਫੌਜਾਂ ਹੀ ਕੁਚਲ ਦਿੱਤੀਆਂ। ਉਹਦੇ ਬਾਅਦ ਵਜ਼ੀਰ ਖਾਂ ਦੀ ਫੌਜ ਨੇ ਫਿਰ ਤੋਪਾਂ ਨਾਲ ਹਮਲਾ ਕਰਤਾ ਤੇ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਸੀ ਉਹ ਝਿੜੀ ਵਾਲੇ ਪਾਸੇ ਸੀ ਤੇ ਜਦੋਂ ਉਹ ਹਮਲਾ ਕਰਦੇ ਸੀ ਤੇ ਦਰਖਤਾਂ ਦੇ ਓਹਲੇ ਹੋ ਜਾਂਦੇ ਸੀ। ਫਿਰ ਮੁਗਲਾਂ ਨੇ ਆਪਣੀਆਂ ਤੋਪਾਂ ਅੱਗੇ ਕੱਢੀਆਂ ਤੇ ਤੋਪਾਂ ਨਾਲ ਇਹਨਾਂ ਦੀਆਂ ਤੋਪਾਂ ਵਾਲਿਆਂ ਨੂੰ ਸਭ ਨੂੰ ਮਾਰ ਦਿੱਤਾ ਤੇ ਇਹਨਾਂ ਦੀਆਂ ਤੋਪਾਂ ਸੁੰਨਸਾਨ ਹੋ ਗਈਆਂ। ਤੇ ਉਸ ਤੋਂ ਬਾਅਦ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਘੋੜ ਸਵਾਰ ਸੀ ਉਹ ਵਜ਼ੀਰ ਖਾਂ ਦੀ ਫੌਜ ਵੱਲ ਵੱਧ ਗਏ ਤੇ ਜੰਗ ਲੜਨ ਲੱਗ ਗਏ। ਜੰਗ ਤੋਂ ਪਹਿਲਾਂ ਵਜ਼ੀਰ ਖਾਂ ਨੇ ਇੱਕ ਹੋਰ ਚਾਲ ਖੇਡੀ ਸੀ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਜੰਗ ਦੀ ਤਿਆਰੀ ਕਰ ਰਹੇ ਸੀ ਤਾਂ ਵਜ਼ੀਰ ਖਾਂ ਨੇ ਸੁੱਚਾ ਨੰਦ ਦੇ ਭਤੀਜੇ ਨੂੰ 1000 ਹਿੰਦੂ ਫੌਜੀ ਦੇ ਕੇ ਭੇਜ ਤੇ ਕਿ ਤੁਸੀਂ ਜਾਓ ਉਹਨਾਂ ਦੀ ਫੌਜ ਵਿੱਚ ਰਲ ਜਾਓ ਤੇ ਜੰਗ ਦੇ ਟਾਈਮ ਤੁਸੀਂ ਬਗਾਵਤ ਕਰ ਦਿਓ, ਉੱਧਰੋਂ ਮੇਰੇ ਵੱਲ ਆ ਜਿਓ। ਇਸ ਨਾਲ ਉਹਨਾਂ ਦੇ ਹੌਂਸਲੇ ਢਹਿ ਜਾਣਗੇ, ਹੌਂਸਲੇ ਗਿਰ ਜਾਣਗੇ। ਤੇ ਚਲਾ ਗਿਆ ਸੁੱਚਾ ਨੰਦ ਦਾ ਭਤੀਜਾ ਬਾਬਾ ਬੰਦਾ ਸਿੰਘ ਬਹਾਦਰ ਕੋਲ ਤੇ ਜਾ ਕੇ ਕਹਿੰਦਾ ਕਿ ਮੈਂ ਹਿੰਦੂ ਫੌਜ ਲੈ ਕੇ ਆਇਆ, ਵਜ਼ੀਰ ਖਾਂ ਤੋਂ ਅਸੀਂ ਬਗਾਵਤੀ ਹੋ ਗਏ ਤੇ ਅਸੀਂ ਤੁਹਾਡੇ ਨਾਲ ਰਲਣਾ ਚਾਹੁੰਦੇ ਹਾਂ, ਅਸੀਂ ਉਹਨਾਂ ਦੇ ਜ਼ੁਲਮਾਂ ਤੋਂ ਤੰਗ ਹਾਂ। ਬਾਬਾ ਬੰਦਾ ਸਿੰਘ ਬਹਾਦਰ ਹੁਣ ਸੂਝਵਾਨ ਸੀ, ਉਹਨਾਂ ਨੇ ਰਲਾ ਤਾਂ ਲਿਆ ਆਪਣੇ ਨਾਲ ਪਰ ਉਹਨਾਂ ਨੂੰ ਸਭ ਤੋਂ ਪਿੱਛੇ ਰੱਖਿਆ, ਅੱਗੇ ਨਹੀਂ ਲਾਇਆ। ਬਸ ਫਿਰ ਉਹੀ ਕੰਮ ਹੋਇਆ, ਸੁੱਚਾ ਨੰਦ ਨੇ ਆਪਣੀ ਚਾਲ ਖੇਡੀ ਤੇ ਕੀਤਾ ਇਸ਼ਾਰਾ, ਜਿਹੜੇ ਉਹਨਾਂ ਨਾਲ ਦੇ ਸਨ ਉਹ ਝੂਠ ਬੋਲਣ ਲੱਗ ਗਏ, ਸਿੱਖਾਂ ਦੇ ਭੇਸ ਵਿੱਚ ਸਨ, ਕਹਿੰਦੇ ਮੁਗਲ ਭਾਰੀ ਪੈ ਗਏ, ਮੁਗਲ ਭਾਰੀ ਪੈ ਗਏ। ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਵਿੱਚ ਥੋੜ੍ਹਾ ਜਿਹਾ ਨਾ ਡਰ ਦੇਖਿਆ ਗਿਆ, ਥੋੜ੍ਹੇ ਜਿਹੇ ਇਹਨਾਂ ਦੇ ਮਤਲਬ ਪੈਰ ਹਿੱਲ ਗਏ। ਤਾਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਕੀ ਕੀਤਾ, ਉਹ ਟਿੱਲੇ ਤੋਂ ਉੱਤਰ ਕੇ ਆਏ, ਉੱਤਰ ਕੇ ਆਪਣੀਆਂ ਫੌਜਾਂ 'ਚ ਖੜ ਕੇ ਜੈਕਾਰੇ ਲਾਏ ਤੇ ਇਹਨਾਂ ਦੀਆਂ ਫੌਜਾਂ ਦਾ ਹੌਸਲਾ ਫਿਰ ਤੋਂ ਬਣ ਗਿਆ। ਜਿਹੜਾ ਪਹਿਲਾ ਟਾਕਰਾ ਹੋਇਆ ਉਹ ਹੋਇਆ ਭਾਈ ਬਾਜ ਸਿੰਘ ਤੇ ਸੁੱਚਾ ਨੰਦ ਦਾ। ਹੁਣ ਸੁੱਚਾ ਨੰਦ ਵਰਗੇ ਤਾਂ ਹਰਾਮ ਪੁਣੇ ਕਰਨ ਜੋਗੇ ਸੀ, ਇਹ ਕੋਈ ਯੋਧੇ ਤਾਂ ਨਹੀਂ ਹੈਗੇ ਸੀ, ਭਾਈ ਬਾਜ ਸਿੰਘ ਵਰਗੇ ਯੋਧੇ। ਤੇ ਜਦੋਂ ਭਾਈ ਬਾਜ ਸਿੰਘ ਤਲਵਾਰ ਲੈ ਕੇ ਅੱਗੇ ਵਧਿਆ ਤਾਂ ਸੁੱਚਾ ਨੰਦ ਡਰ ਗਿਆ ਤੇ ਉੱਥੋਂ ਭੱਜ ਗਿਆ ਸਰਹੰਦ ਨੂੰ। ਹੁਣ ਤੁਹਾਨੂੰ ਦੱਸਦੇ ਹਾਂ ਕਿ ਵਜ਼ੀਰ ਖਾਂ ਦਾ ਅੰਤ ਕਿਵੇਂ ਹੋਇਆ। ਇੰਨਾ ਭੈੜਾ ਅੰਤ ਕਿ ਉਹਦੀਆਂ 7 ਪੁਸਤਾਂ ਹੁਣ ਤੱਕ ਕੰਬਦੀਆਂ ਹੋਣਗੀਆਂ, ਜਿਹਨੇ ਛੋਟੇ ਛੋਟੇ ਸਾਹਿਬਜ਼ਾਦਿਆਂ 'ਤੇ ਤਰਸ ਨਹੀਂ ਖਾਧਾ, ਉਹ ਬੰਦੇ ਦਾ ਇੰਨਾ ਭਿਆਨਕ ਅੰਤ ਹੋਣਾ ਹੀ ਚਾਹੀਦਾ ਸੀ। ਕਹਿੰਦੇ ਜਿਹੜਾ ਵਜ਼ੀਰ ਖਾਨ ਸੀ ਉਹਨੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਥੱਲੇ ਆ ਕੇ ਲੜਦਿਆਂ ਦੇਖਿਆ ਤੇ ਉਹ ਹਰਾਮੀ ਸੀ, ਉਹਨੂੰ ਸੀ ਕਿ ਮੈਂ ਪਿੱਠ ਪਿੱਛੋਂ ਮਾਰਾਂਗਾ ਤੇ ਭਾਈ ਬਾਜ ਸਿੰਘ ਵਿਚਾਲੇ ਆ ਗਏ। ਵਜ਼ੀਰ ਖਾਂ ਨੇ ਭਾਈ ਬਾਜ ਸਿੰਘ ਵੱਲ ਨੇਜਾ ਮਾਰਿਆ, ਜਦੋਂ ਨੇਜਾ ਮਾਰਿਆ ਤਾਂ ਭਾਈ ਬਾਜ ਸਿੰਘ ਜੀ ਨੇਜਾ ਬੁੱਚ ਲਿਆ ਤੇ ਵਾਪਸ ਵਜ਼ੀਰ ਖਾਂ ਵੱਲ ਮਾਰਿਆ ਤੇ ਨੇਜਾ ਜਾ ਕੇ ਉਹਦੇ ਘੋੜੇ 'ਤੇ ਵੱਜਾ ਤੇ ਵਜ਼ੀਰ ਖਾਂ ਥੱਲੇ ਡਿੱਗ ਗਿਆ। ਵਜ਼ੀਰ ਖਾਂ ਨੇ ਥੱਲੇ ਡਿੱਗਦੇ ਡਿੱਗਦੇ ਨੇ ਤੀਰ ਮਾਰਿਆ ਤੇ ਤੀਰ ਬਾਜ ਸਿੰਘ ਦੇ ਬਾਂਹ 'ਚ ਵੱਜਿਆ। ਫਿਰ ਭਾਈ ਬਾਜ ਸਿੰਘ ਵੀ ਨੀਚੇ ਡਿੱਗ ਗਏ ਤਾਂ ਵਜ਼ੀਰ ਖਾਂ ਨੇ ਤਲਵਾਰ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਇਹਨੂੰ ਮਾਰ ਦੇਵਾਂ। ਤਾਂ ਇੱਕ ਭਾਈ ਫਤਿਹ ਸਿੰਘ ਸੀ ਤੇ ਫਤਿਹ ਸਿੰਘ ਜੀ ਨੇ ਉਹਦੇ ਹਮਲੇ ਤੋਂ ਪਹਿਲਾਂ ਹੀ ਜਾ ਕੇ ਵਜ਼ੀਰ ਖਾਂ 'ਤੇ ਹੀ ਹਮਲਾ ਕਰਤਾ ਤੇ ਉਹਦਾ ਮੋਢਾ ਵੱਢਤਾ। ਤੇ ਹੁਣ ਇੱਥੇ ਕੌਤਕ ਦੇਖੋ, ਵਜ਼ੀਰ ਖਾਂ ਪਾਪੀ ਨੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਸ਼ਹੀਦ ਕਰਾਇਆ ਸੀ। ਰੱਬ ਦੇ ਰੰਗ ਦੇਖੋ ਕਿ ਵਜ਼ੀਰ ਖਾਂ ਦਾ ਅੰਤ ਵੀ ਭਾਈ ਫਤਿਹ ਸਿੰਘ ਦੀ ਤਲਵਾਰ ਤੋਂ ਹੋਇਆ। ਭਾਈ ਫਤਿਹ ਸਿੰਘ ਯੋਧਾ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਫੌਜ ਦਾ, ਅਤੇ ਜਦੋਂ ਵਜ਼ੀਰ ਖਾਂ ਦਾ ਮੋਢਾ ਵੱਢਤਾ ਤਾਂ ਸਾਰੇ ਕਿਤੇ ਖਬਰ ਫੈਲ ਗਈ ਕਿ ਵਜ਼ੀਰ ਖਾਂ ਮਾਰਿਆ ਗਿਆ, ਵਜ਼ੀਰ ਖਾਂ ਮਾਰਿਆ ਗਿਆ। ਸਾਰੀ ਫੌਜ ਜੋ ਖਰੀਦ ਕੇ ਲਿਆਇਆ ਸੀ ਜਾਂ ਜਿਹੜੀ ਤਨਖਾਹ ਵਾਲੀ ਫੌਜ ਸੀ ਉਹ ਮਿੰਟਾਂ ਸਕਿੰਟਾਂ 'ਚ ਹੀ ਮੈਦਾਨ ਖਾਲੀ ਕਰਕੇ ਭੱਜ ਗਏ। ਅਤੇ ਹੁਣ ਜਦੋਂ ਵਜ਼ੀਰ ਖਾਂ ਜਦੋਂ ਥੱਲੇ ਪਿਆ ਤੜਫ ਰਿਹਾ ਸੀ ਤਾਂ ਉਹਨੂੰ ਧਰਤੀ 'ਤੇ ਨਹੀਂ ਛੱਡਿਆ, ਗੁਰੂ ਦੇ ਸਿੰਘ ਕਹਿੰਦੇ ਤੈਨੂੰ ਉੱਥੇ ਹੀ ਲੈ ਕੇ ਜਾਵਾਂਗੇ, ਸਰਹੰਦ ਜਿੱਥੇ ਛੋਟੇ ਸਾਹਿਬਜ਼ਾਦਿਆਂ ਦਾ ਖੂਨ ਡੁੱਲਿਆ ਸੀ। ਹੁਣ ਉੱਥੇ ਪਤਾ ਕਿਵੇਂ ਲੈ ਕੇ ਗਏ,
ਘੋੜਿਆਂ ਦੇ ਪਿੱਛੇ ਬੰਨ ਲਿਆ ਵਜ਼ੀਰ ਖਾਂ ਤੇ ਛੱਪੜ ਝਿੜੀ ਤੋਂ 20 ਕਿਲੋਮੀਟਰ ਸੀ ਸਰਹੰਦ। 20 ਕਿਲੋਮੀਟਰ ਘੜੀਸ ਕੇ ਉਹਨੂੰ ਸਰਹੰਦ ਲੈ ਗਏ। ਹੰਕਾਰ ਵਿੱਚ ਆਏ ਜਿੱਥੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਵਾਇਆ ਸੀ। ਵਜ਼ੀਰ ਖਾਂ ਨੇ ਕਿਹਾ ਸੀ ਕਿ ਦਿੱਲੀ ਦੇ ਤਖ਼ਤਾਂ 'ਤੇ ਰਾਜੇ ਬਦਲਦੇ ਰਹਿੰਦੇ ਆ ਅਤੇ ਸਰਹੰਦ ਦਾ ਮੈਂ ਹੀ ਹਾਂ। ਇੱਥੇ ਵਜ਼ੀਰ ਖਾਂ ਸੀ, ਵਜ਼ੀਰ ਖਾਂ ਹੈ ਅਤੇ ਵਜ਼ੀਰ ਖਾਂ ਹੀ ਰਹੇਗਾ। ਵਜ਼ੀਰ ਖਾਂ ਨੂੰ ਲਹੂ ਲੁਹਾਣ ਗੁਰੂ ਦੇ ਸਿੱਖ ਸਰਹੰਦ ਦੀਆਂ ਗਲੀਆਂ ਵਿੱਚੋਂ ਘੁੜੀਸ ਰਹੇ ਨੇ ਘੋੜਿਆਂ ਦੇ ਪਿੱਛੇ ਬੰਨ ਕੇ। ਉਸ ਤੋਂ ਬਾਅਦ ਉਹਨੂੰ ਸਰਹੰਦ ਦੇ ਸਾਰੇ ਲੋਕਾਂ ਸਾਹਮਣੇ ਇੱਕ ਜੰਡ ਦੇ ਦਰਖਤ 'ਤੇ ਰੱਸਾ ਪਾ ਕੇ ਉਹਨੂੰ ਪੁੱਠਾ ਟੰਗਿਆ ਗਿਆ ਅਤੇ ਥੱਲੇ ਪਰਾਲੀ ਰੱਖ ਕੇ ਥੋੜ੍ਹੀ ਜਿਹੀ ਅੱਗ ਲਗਾਈ। ਉਹਦਾ ਸਰੀਰ ਇੱਕਦਮ ਨਹੀਂ ਮੱਚਿਆ, ਉਹਦਾ ਅੱਧ ਮੱਚਿਆ ਜਾਂ ਸਰੀਰ ਹੋ ਗਿਆ। ਫਿਰ ਉਹਦੇ ਬਾਅਦ ਉਹਨੂੰ ਗਿਰਜਾਂ, ਬਾਜ, ਇੱਲਾਂ ਆ ਕੇ ਉਹਦੇ ਸਰੀਰ ਨੂੰ ਨੋਚ ਨੋਚ ਕੇ ਖਾਧਾ ਅਤੇ ਉਹ ਤੜਫ ਤੜਫ ਕੇ ਮਰਿਆ। ਇਹ ਅੰਤ ਉਹਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਦਿੱਤਾ। ਜੇ ਵਜ਼ੀਰ ਖਾਂ ਦਾ ਇਸ ਤਰ੍ਹਾਂ ਅੰਤ ਨਾ ਹੁੰਦਾ ਤਾਂ ਸਿੱਖਾਂ ਅੰਦਰ ਅੱਗ ਰਹਿਣੀ ਸੀ। ਹੁਣ ਗੁਰੂ ਦੇ ਸਿੰਘਾਂ ਨੂੰ ਇੱਦਾਂ ਹੈ ਕਿ ਆਪਾਂ ਬਦਲਾ ਲੈ ਲਿਆ, ਉਹਦੇ ਅੰਜਾਮ ਤੱਕ ਉਹਨੂੰ ਪਹੁੰਚਾ ਤਾ ਸਰਹੰਦ ਸੀ ਜਿਹੜਾ, ਤਾਂ ਸਿੱਖਾਂ ਨੇ ਇਸ ਤਰ੍ਹਾਂ ਸਰਹੰਦ ਨੂੰ ਫਤਿਹ ਕਰ ਲਿਆ। ਕਹਿੰਦੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕੀਤਾ ਤਾਂ ਉਦੋਂ ਦੱਸਦੇ ਨੇ ਕਿ 3 ਕਰੋੜ ਰੁਪਇਆ ਆਪਣੇ ਕਬਜ਼ੇ 'ਚ ਲੈ ਲਿਆ ਔਰ ਉਹ ਕਿਸੇ ਨਿਰਦੋਸ਼ਾਂ ਨੂੰ ਲੁੱਟਿਆ ਨਹੀਂ ਹੈਗਾ, ਕਿਸੇ ਦੇ ਘਰ 'ਚ ਡਾਕਾ ਨਹੀਂ ਮਾਰਿਆ। ਸੁੱਚਾ ਨੰਦ ਦਾ ਪੈਸਾ ਵਜ਼ੀਰ ਖਾਂ ਦਾ ਪੈਸਾ ਸੀ। ਇਹਨਾਂ ਨੇ ਗੱਡਿਆਂ 'ਤੇ ਲੱਦ ਕੇ ਉਹਨਾਂ ਨੇ ਲੋਹਗੜ੍ਹ ਭੇਜਿਆ ਬਾਬਾ ਬੰਦਾ ਸਿੰਘ ਬਹਾਦਰ ਨੇ, ਅਤੇ ਲੋਕ ਡਰੇ ਹੋਏ ਸੀ ਕਿ ਸਿੱਖ ਹੁਣ ਸਾਰੇ ਮੁਗਲਾਂ ਦਾ ਜਾਂ ਇੱਥੋਂ ਦੇ ਸਾਰੇ ਲੋਕਾਂ ਦਾ ਉਹੀ ਹਾਲ ਕਰਨਗੇ ਜਿਹੜਾ ਮੁਗਲ ਸਿੱਖਾਂ ਦਾ ਕਰਦੇ ਹੁੰਦੇ ਸੀ ਕਿ ਸਾਡੇ ਬੱਚਿਆਂ ਨੂੰ ਮਾਰ ਦੇਣਗੇ। ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਇਕੱਠ ਕੀਤਾ ਉੱਥੇ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ, ਤੁਹਾਨੂੰ ਡਰਨ ਦੀ ਲੋੜ ਨਹੀਂ, ਕਿਸੇ ਵੀ ਬੇਕਸੂਰ ਨੂੰ ਸਿੱਖ ਹੱਥ ਨਹੀਂ ਲਾਉਣਗੇ, ਪਰ ਜਿਹਦਾ ਕਸੂਰ ਹੈ ਉਹ ਬਖਸ਼ਿਆ ਨਹੀਂ ਜਾਏਗਾ। ਤਾਂ ਕਹਿੰਦੇ ਨੇ ਕਿ ਮੁਗਲਾਂ ਦੇ ਜਿਹੜੇ ਵਜ਼ੀਰ ਖਾਂ ਵਰਗਿਆਂ ਦੇ ਕਿਲੇ ਸੀ ਉਹ ਨਿਸ਼ਤ ਨਬੂਤ ਕੀਤੇ, ਢਾਹੇ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ। ਪਰ ਜਿਹੜੀਆਂ ਧਾਰਮਿਕ ਇਮਾਰਤਾਂ ਸੀ, ਕਿਤੇ ਕੋਈ ਮਜ਼ਾਰ ਹੈ, ਕੋਈ ਮਸਜਿਦ ਹੈ, ਉਹ ਇੱਕ ਵੀ ਨਹੀਂ ਢਾਹੀ, ਅੱਜ ਵੀ ਮੌਜੂਦ ਨੇ ਉੱਥੇ। ਅਤੇ ਹੁਣ ਤੁਸੀਂ ਸੋਚ ਰਹੇ ਹੋਵੋਗੇ ਸੁੱਚਾ ਨੰਦ ਦਾ ਕੀ ਹੋਇਆ, ਉਹ ਤਾਂ ਉੱਥੋਂ ਭੱਜ ਆਇਆ ਸੀ ਭਾਈ ਬਾਜ ਸਿੰਘ ਤੋਂ ਡਰਦਾ। ਅੰਨਾ ਪੈਸਾ ਸੀ ਉਹਦੇ ਕੋਲ, ਅੰਨਾ ਪੈਸਾ, ਜਮ੍ਹਾਂ ਖਾਸ ਬੰਦਾ ਸੀ ਉਹ ਵਜ਼ੀਰ ਖਾਂ ਦਾ। ਸਿੱਖਾਂ ਨੇ ਹੁਣ ਕਬਜ਼ਾ ਕਰ ਲਿਆ ਸਰਹੰਦ 'ਤੇ, ਚਾਰੇ ਪਾਸੇ ਸਿੱਖ ਹੀ ਸਿੱਖ ਸਨ ਸਰਹੰਦ ਵਿੱਚ। ਸੁੱਚਾ ਨੰਦ ਹਜੇ ਵੀ ਉਸੇ ਸ਼ਹਿਰ 'ਚ ਫਿਰਦਾ ਏ, ਉਹ ਕਿਉਂ ਨਹੀਂ ਨਿਕਲਿਆ, ਕਿਉਂ ਨਹੀਂ ਭੱਜਿਆ? ਉਹਦੇ ਲਾਲਚ ਨੇ ਨਹੀਂ ਜਾਣ ਦਿੱਤਾ। ਉਹਦੇ ਕੋਲ ਦੌਲਤ ਇੰਨੀ ਸੀ, ਸਕੀਮਾਂ ਘੱਟਦਾ ਰਿਹਾ ਕਿ ਮੈਂ ਆਪਣੀ ਦੌਲਤ ਲੈ ਕੇ ਕਿਵੇਂ ਜਾਵਾਂ ਇੱਥੋਂ। ਕਿਸੇ ਨੇ ਫਿਰ ਖਬਰ ਦਿੱਤੀ ਕਿ ਸੁੱਚਾ ਨੰਦ ਇੱਥੇ ਆ, ਫਿਰ ਉਹਦਾ ਕੀ ਹਾਲ ਕੀਤਾ? ਉਹਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ, ਗ੍ਰਿਫਤਾਰ ਕਰਕੇ ਕਹਿੰਦੇ ਉਹਦੇ ਨੱਕ 'ਚ ਨਕੇਲ ਪਾਤੀ ਅਤੇ ਉਹਨੂੰ ਕਹਿੰਦੇ ਤੂੰ ਭੀਖ ਮੰਗ ਸਰਹੰਦ ਦੀਆਂ ਗਲੀਆਂ 'ਚ। ਸਰਹੰਦ ਦੀਆਂ ਗਲੀਆਂ 'ਚ ਭੀਖ ਮੰਗੀ ਫਿਰ ਉਹਨੇ, ਫਿਰ ਉਹਨੂੰ ਮੌਤ ਦੇ ਘਾਟ ਉਤਾਰਿਆ ਗਿਆ। ਉਹਦੇ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ, ਗੁਰੂ ਗੋਬਿੰਦ ਸਿੰਘ ਜੀ ਦੇ ਨਾਮ 'ਤੇ ਸਿੱਕੇ ਵੀ ਚਲਾਏ, ਮੋਹਰਾਂ ਵੀ ਚਲਾਈਆਂ। ਮਤਲਬ ਬਾਬਾ ਬੰਦਾ ਸਿੰਘ ਬਹਾਦਰ ਨੇ ਇੰਨੀ ਵੱਡੀ ਜੰਗ ਜਿੱਤੀ, ਤਖ਼ਤਾ ਪਲਟ ਕੀਤਾ, ਆਪਣੇ ਨਾਂ 'ਤੇ ਇੱਕ ਵੀ ਸਿੱਕਾ ਨਹੀਂ ਚਲਾਇਆ। ਸੋ ਦੋਸਤੋ, ਕਿਵੇਂ ਲੱਗੀ ਤੁਹਾਨੂੰ ਵੀਡੀਓ, ਜ਼ਰੂਰ ਦੱਸੋ ਕਮੈਂਟ ਕਰਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।